ਸ਼੍ਰੀਨਗਰ ਨਕੋਦਰ ਦੇ ਰਹਿਨੁਮਾਈ ਹੇਠ 26 ਅਤੇ 27 ਮਾਰਚ ਦੀ ਬਰਸੀ ਸੰਬੰਧੀ ਕੀਤੀ ਗਈ, ਜਿਸ ਵਿਚ ਬਰਸੀ ਦੇ ਪ੍ਰੋਗਰਾਮ ਉਲੀਕੇ ਗਏ, ਜਿਵੇਂ ਕਿ ਸੋ ਸਾਰੀਆਂ ਸੰਗਤਾਂ ਦੇ ਨਾਲ ਬਰਸੀ ਸੰਬੰਧੀ ਜੋ ਨਿਯਮ ਜੋ ਬਣੇ ਹੋਏ ਆ ਉਹ ਤੁਹਾਡੇ ਨਾਲ ਸਾਂਝੇ ਕੀਤੇ ਆ, ਤੇ ਮੈਂ ਚਾਹਾਂਗਾ ਕਿ ਮਾਨਯੋਗ ਪ੍ਰਧਾਨ ਜੀ ਅੱਜ ਮਿਤੀ 10 ਜੋ ਬਾਬਾ ਅਲਮਸਤ ਬਾਪੂ ਲਾਲ ਬਾਦਸ਼ਾਹ ਦੀ ਰਹਿਨੁਮਾਈ ਵਿਚ ਸਮੂਹ ਬੱਲਾ ਨਿਵਾਸੀ ਅਤੇ ਸੰਗਤਾਂ ਵੱਲੋਂ ਸੇਵਾਦਾਰਾਂ ਵੱਲੋਂ ਇਹ ਮਨਾਈ ਜਾਊਗੀ। ਜਿੱਦਾਂ ਪਹਿਲਾਂ ਮਨਾਈ ਜਾਂਦੀ ਓਦਾਂ ਉਦੋਂ ਵਧੀਆ ਮਨਾਵਾਂਗੇ। ਪ੍ਰਧਾਨ ਜੀ ਹਰਿਮਿੱਤਰ ਸੋਧੀ ਸਾਹਿਬ ਬਹੁਤ ਅੱਛੇ ਅਲਫਾਜ ਉਹਨਾਂ ਨੇ ਸਭ ਦੇ ਨਾਲ ਸਾਂਝੇ ਕੀਤੇ ਨੇ, ਤੇ ਮੇਰੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਕਰਾਂ ਬਾਪੂ ਲਾਲ ਬਾਦਸ਼ਾਹ ਜੀ ਦਾ ਅੱਜ ਬਾਪੂ ਲਾਲ ਬਾਦਸ਼ਾਹ ਡੇਰੇ ਅੱਜ ਮੀਟਿੰਗ ਸੱਦੀ ਗਈ ਆ, ਤੇ ਕੀ ਕਹਿਣਾ ਚਾਹੋਗੇ ਭਾਜੀ? ਸਭ ਤੋਂ ਪਹਿਲੋਂ ਜੈ ਮਸਤਾਂ ਦੀ, ਜੈ ਬਾਪੂ ਲਾਲ ਬਾਦਸ਼ਾਹ ਜੀ ਦੀ। ਜੋ 26-27 ਨੂੰ ਬਾਬਾ ਜੀ ਦੀ ਬਰਸੀ ਮਨਾਈ ਜਾ ਰਹੀ ਆ, ਸਾਈ ਹੰਸ ਦਰਵੇਸ਼ ਦੇ ਹੰਸਰਾ ਜੀ ਹੰਸ ਦਰਵੇਸ਼ ਦੇ ਰਹਿਮ ਰਵਾਈ ਹੇਠ ਮਨਾਈ ਜਾ ਰਹੀ ਆ, ਔਰ ਇਹ ਬੜਾ ਹੀ ਸਾਰਿਆਂ ਨੂੰ ਸਾਰੀ ਮਹੱਲਾ ਸ਼ਹਿਰ ਨਿਵਾਸੀਆਂ ਨੂੰ ਸਹਿਯੋਗ ਦੇ ਨਾਲ ਸਾਰਾ ਹੀ ਇਹ ਸਾਰਾ ਕੰਮ ਕੀਤਾ ਗਿਆ ਆ, ਔਰ ਇਸੇ ਤਰ੍ਹਾਂ ਬਰਸੀ ਜੇ 26-27 ਨੂੰ ਮਨਾਈ ਜਾਣੀ ਆ, ਔਰ ਸਾਰੇ ਹੀ ਸ਼ਹਿਰਦਾਰਾਂ ਨੂੰ ਔਰ ਸਾਰੇ ਹੀ ਭਾਰਤ ਨਿਵਾਸੀਆਂ ਨੂੰ ਮੇਰੀ ਹੱਥ ਜੋੜ ਕੇ ਅਪੀਲ ਆ ਕਿ ਬਾਬਾ ਜੀ ਦੇ ਬਰਸੀ ਦੇ ਉੱਤੇ ਜ਼ਰੂਰ ਆਉਣਾ ਆ। ਬੜੀ ਹੀ ਸ਼ਰਧਾ ਦੇ ਨਾਲ ਮਨਾਈ ਜਾ ਰਹੀ ਆ ਬਾਪੂ ਜੀ ਦੀ ਬਰਸੀ, ਔਰ ਬਾਪੂ ਜੀ ਦੀ ਬਰਸੀ ਦੇ ਉੱਤੇ ਚਲੋ ਸਾਨੂੰ ਇਹ ਤਾਂ ਕੰਮ ਕਹਿਣਾ ਚਾਹੀਦਾ, ਅਸੀਂ ਬੜੇ ਦੁੱਖ ਦੇ ਨਾਲ ਵੀ ਕਹਿਣਾ ਪੈਂਦਾ ਆ ਕਿ ਇੱਕ ਸਾਡੇ 26-27 1999 ਨੂੰ ਬਾਬਾ ਜੀ ਦੀ ਜਿਹੜੀ ਵਿਛੋੜਾ ਸਾਨੂੰ ਦੇ ਗਏ ਸੀ, ਚੋਲਾ ਛੱਡ ਗਏ ਸੀ, ਔਰ ਸਾਨੂੰ ਅੱਜ ਬੜਾ ਹੀ ਦੁੱਖ ਲੱਗਦਾ ਆ ਕਿ ਸਾਡੇ 'ਚ ਬਹੁਤ ਹੀ ਵਧੀਆ ਇੱਕ ਪਰਮਾਤਮਾ ਦੀ ਆਤਮਾ ਜਿਹੜੀ ਸਾਡੇ 'ਚੋਂ ਵਿਛੜ ਗਈ ਆ, ਔਰ ਚਲੋ ਜੋ ਨਿਯਮ ਚੱਲਦਾ ਆ ਉਹ ਤਾਂ ਸਾਨੂੰ ਕਰਨਾ ਹੀ ਪੈਣਾ ਆ ਬਾਪੂ ਜੀ ਦੀ ਬਰਸੀ 'ਤੇ, ਔਰ ਸਾਨੂੰ ਸਾਰੇ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਆ, ਸਾਰੇ ਸ਼ਹਿਰ ਨਿਵਾਸੀਆਂ ਅੱਗੇ ਔਰ ਸਾਰੇ ਦੇਸ਼ ਨਿਵਾਸੀਆਂ ਅੱਗੇ ਔਰ ਦੂਰੋਂ ਦੂਰੋਂ ਸੰਗਤਾਂ ਦੇ ਅਲੱਗ ਸੰਗਤਾਂ ਦੇ ਅੱਗੇ ਬੇਨਤੀ ਆ ਕਿ ਬਰਸੀ 26-26 ਮਾਰਚ ਔਰ 27 ਮਾਰਚ ਨੂੰ ਮਨਾਈ ਜਾਊਂਗੀ, ਜਿਸ ਦੇ ਵਿੱਚ ਬਹੁਤ ਹੀ ਸੁੰਦਰ ਕਵਾਲ ਲਾਏ ਜਾਊਂਗੇ, ਔਰ ਕਵਾਲ ਲਾ ਕੇ ਸ਼ਾਮੀ 4 ਵਜੇ ਚੱਦਰ ਦੀ ਰਸਮ ਹੋਊਂਗੀ, ਔਰ ਉਹਦੇ ਵਿੱਚ ਬਾਬਾ ਜੀ ਦੀ ਬਰਸੀ ਦੇ ਉੱਤੇ ਬੜੇ ਆਪਣੇ ਲੰਗਰ ਬਣੇ ਜਾਊਂਗੇ, ਲੰਗਰ ਵਰਤਾਏ ਜਾਊਂਗੇ, ਔਰ ਲੰਗਰ ਸਾਰਿਆਂ ਨੂੰ ਖਾ ਕੇ ਜਾਣਾ। ਇਸੇ ਦੇ ਨਾਲ ਹੀ ਸਾਰਿਆਂ ਨੂੰ ਜੈ ਮਸਤਾਂ ਦੀ, ਜੈ ਬਾਪੂ ਲਾਲ ਬਾਦਸ਼ਾਹ ਜੀ ਦੀ। ਹਾਂਜੀ ਦੀਪਕ ਜੀ, ਅੱਜ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੇ ਬਰਸੀ ਦੇ ਸੰਬੰਧ ਵਿੱਚ ਮੀਟਿੰਗ ਕੀਤੀ ਗਈ ਹੈ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਜੈ ਮਸਤਾਂ ਦੀ ਜੀ, ਜੈ ਬਾਬੇ ਦੀ। ਅੱਜ ਜਿੰਨੀ ਵੀ ਸੰਗਤ ਆ ਉਹ ਸਾਰੀ ਸੰਗਤ ਨੇ ਇੱਕਜੁੱਟ ਇੱਕ ਮੁੱਠ ਹੋ ਕੇ ਕਿ ਬਾਪੂ ਲਾਲ ਬਾਦਸ਼ਾਹ ਜੀ ਦੀ ਜੋ ਬਰਸੀ ਆ 26-27 ਤਰੀਕ ਦੀ ਆ ਰਹੀ ਆ,
ਬੜੀ ਧੂਮਧਾਮ ਮਨਾਉਣ ਦਾ ਪਲੈਨਿੰਗ ਕੀਤੀ ਆ ਔਰ ਅੱਗੇ ਨਾਲੋਂ ਵੀ ਬਹੁਤ ਵਧੀਆ ਬਰਸੀ ਦਾ ਜਿਹੜਾ ਰੂਪ ਸਵਰੂਪ ਦੇਖਣ ਨੂੰ ਲੋਕਾਂ ਨੂੰ ਮਿਲੂਗਾ ਔਰ ਜਿਹੜੇ ਸਿੰਗਰ ਆ ਉਹ ਵੀ ਵਧੀਆ ਸਿੰਗਰ ਜਿਹੜੇ ਆਉਣਗੇ ਅਤੇ ਜਿਹੜੇ ਬਾਪੂ ਜੀ ਦਾ ਗੁਣਗਾਨ ਕਰਨ ਔਰ ਸਾਈਂ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਈਂ ਹੰਸਦਾਸ ਜੀ ਹੰਸੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੀ ਬਰਸੀ ਦਾ ਰੂਪ ਰੇਖਾ 'ਚ ਬਣਾਈ ਜਾਊਗੀ। ਕੀ ਲੋਕਾਂ ਨੂੰ ਮੈਸੇਜ ਆ? ਲੋਕਾਂ ਨੂੰ ਮੈਸੇਜ ਆ ਕਿ ਆਉਣ ਬਾਪੂ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਔਰ ਆਸ਼ੀਰਵਾਦ ਲੈਣ ਹਰ ਸਾਲ ਦੀ ਤਰ੍ਹਾਂ। ਠੀਕ।